ਸੱਚੀ ਗੱਲ ਜੀ ਸਾਰਿਆਂ ਨੂੰ ਸੌਂਡਾ ਤੁਸੀਂ ਕਲੂਸ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਅੱਜ ਦੀਆਂ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਜੀ ਬੋਨਸ 200 ਰੋਅਰ ਦੇ ਬੋਨਸ 200 ਰੋਅਰ ਜਿਹਦੇ ਬਾਰੇ ਬਹੁਤ ਗੱਲਬਾਤ ਕੀਤੀ ਜਾ ਰਹੀ ਹੈ ਪਰ ਇਸ ਟਾਈਮ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਸਾਰੇ ਪਾਸੇ ਇਹ ਗੱਲ ਚੱਲ ਰਹੀ ਸੀ ਕਿ ਬੋਨਸ 200 ਯੂਰੋ ਸਾਰੇ ਬੰਦਿਆਂ ਨੂੰ ਆਟੋਮੈਟਿਕ ਆ ਜਾਣਾ ਪਰ ਹੁਣ ਇੱਕ ਨਵੀਂ ਨਵਾਂ ਪਹਿਲੂ ਸਾਹਮਣੇ ਆਇਆ ਜੀ ਨਵਾਂ ਪਹਿਲੂ ਕਿਹੜਾ ਜੀ ਉਹ ਇਹ ਹੈ ਕਿ ਜਿਹੜਾ ਬੋਨਸ ਆਪਣਾ 200 ਯੂਰੋ ਵਾਲਾ ਆਣਾ ਸਾਰਿਆਂ ਨੂੰ ਆ ਪਰ ਜਿਹੜੇ ਸਰਕਾਰੀ ਕੰਮ ਕਰਦੇ ਆ ਉਹਨਾਂ ਨੂੰ ਹੀ ਆਟੋਮੈਟ ਕਰਨਾ ਪਰ ਜਿਹੜੇ ਬੰਦੇ ਪ੍ਰਾਈਵੇਟ ਕੰਮ ਕਰਦੇ ਤਕਰੀਬਨ ਸਾਰੇ ਚਾਹੇ ਆਪਣਾ ਕੰਮ ਚਾਹੇ ਕਿਸੇ ਦੇ ਅੰਡਰ ਕੰਮ ਕਰਦੇ ਆ ਚਾਹੇ ਸਾਬ ਸਫਾਈ ਦਾ ਕੰਮ ਕਰਦੇ ਆ ਚਾਹੇ ਖੇਤਾਂ ਦੇ ਵਿੱਚ ਕਰਦੇ ਆ ਚਾਹੇ ਕਰਦੇ ਨੇ ਹੋਟਲ ਦੇ ਵਿੱਚ ਉਹਨਾਂ ਸਾਰਿਆਂ ਨੂੰ ਕੀ ਕਰਨਾ ਪੈਣਾ ਆ ਜਿਹੜਾ ਤੁਸੀਂ ਬੋਨਸ ਦੇ ਲਈ ਫਾਰਮ ਦੇਖ ਰਹੇ ਫਾਰਮ ਭਰਨਾ ਪੈਣਾ ਪਰ ਅਸੀਂ ਦੇਖਦੇ ਆ ਕਿ ਇਸ ਫਾਰਮ ਨੂੰ ਭਰਨਾ ਕਿਦਾਂ ਫਾਰਮ ਨੂੰ ਭਰਨ ਦੇ ਲਈ ਅਸੀਂ ਤੁਹਾਨੂੰ ਦਿਖਾ ਲਦੇ ਆ ਆਪਾਂ ਕਿ کیسے ਹਿਸਾਬ ਦੇ ਨਾਲ ਫਾਰਮ ਨੂੰ ਭਰ ਸਕਦੇ ਆ ਸਭ ਤੋਂ ਪਹਿਲਾਂ ਅਸੀਂ ਆਪਣਾ ਜਿਹੜਾ ਬੋਨਸ ਸਿਸਟਮ ਥੋੜਾ ਜਿਹਾ ਛੋਟਾ ਕਰ ਦਿੰਦੇ ਤਾਂ ਜੋ ਤੁਹਾਨੂੰ ਸਾਰਿਆਂ ਨੂੰ ਦੇਖਣ ਦੇ ਵਿੱਚ ਆਇਦਾਂ ਦੇ ਨੂੰ ਇੱਥੇ ਹੀ ਰੱਖ ਦਿੰਦੇ ਆ ਹੁਣ ਜੇ ਅਸੀਂ ਇਸ ਨੂੰ ਭਰਨਾ ਹੋਵੇ ਫਾਰਮ ਨੂੰ ਸਭ ਤੋਂ ਪਹਿਲੀ ਜਿਹੜੀ ਲਾਈਨ ਲਿਖੀ ਹੋਈ ਹੈ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਇਲ ਸੋਤੋ ਸਕ੍ਰਿੱਟੋ ਹੁਣ ਜਿਹੜਾ ਇਲ ਸੋਤੋ ਸਕ੍ਰਿੱਟੋ ਲਿਖਿਆ ਹੋਇਆ ਆ ਇਸ ਸੋਤੋ ਸਕ੍ਰਿੱਟੋ ਦਾ ਮਤਲਬ ਹੁੰਦਾ ਜਿੱਦਾਂ ਅਸੀਂ ਕਹਿ ਦਿੰਦੇ ਹਾਂ ਜੀ ਲਿਖਤੁਮ ਲਿਖਤੋ ਹੁੰਦਾ ਨਾ ਇਹਦੇ ਵਿੱਚ ਕੀ ਕਰਨਾ ਜੀ ਇਹਦੇ ਵਿੱਚ ਅਸੀਂ ਲਿਖਣਾ ਆ ਆਪਣਾ ਨਾਮ ਐਗਜ਼ਾਮਪਲ ਦੇ ਲਈ ਇਸ ਜਗ੍ਹਾ ਦੇ ਵਿੱਚ ਮੈਂ ਲਿਖ ਦਿੰਨਾ ਜੀ ਕੁਲਵੀਰ ਸਿੰਘ ਐਗਜ਼ਾਮਪਲ ਦੇ ਲਈ ਇੱਥੇ ਦੇਖਦੇ ਲਿਖ ਸਕਦੇ ਤਦੋਂ ਲਿਖ ਕੇ ਦਿਖਾਲ ਦਨੇ ਆਪਾਂ ਕਿਸੇ ਹਿਸਾਬ ਦੇ ਨਾਲ ਇਹਨੂੰ ਕਰ ਸਕਦੇ ਆ ਸਾਡੀ ਵੈਬਸਾਈਟ ਦੇ ਉੱਤੇ ਜੋ eta-punjabi.com ਇਸ ਫਾਈਲ ਦਾ ਲਿੰਕ ਤੁਹਾਨੂੰ ਮਿਲ ਜਾਣਾ ਸਭ ਤੋਂ ਪਹਿਲੀ ਕਮੈਂਟ ਆ ਜਿਹੜੀ YouTube ਦੀ ਉਸ ਉੱਤੇ ਕਲਿੱਕ ਕਰਿਓ ਤੇ ਡਾਊਨਲੋਡ ਕਰੋ ਆਪਣਾ ਫਾਰਮ ਭਰ ਕੇ ਆਪਣੇ ਮਾਲਕਾਂ ਨੂੰ ਅੱਜ ਹੀ ਦੇ ਦਿਓ ਐਗਜ਼ੈਂਪਲ ਦੇ ਲਈ ਆਪਾਂ ਲਿਖਦੇ ਆਂ ਜੀ ਇੱਥੇ ਕੁਲਵੀਰ ਸਿੰਘ ਵੈਸੇ ਸਿੰਘ ਕੁਲਵੀਰ ਲਿਖਦੇ ਸਿੰਘ ਕੁਲਵੀਰ ਸਿੰਘ ਆਹ ਲਿਖਦੇ ਆਂ ਜੀ ਕੁਲਵੀਰ ਸਿੰਘ ਕਲਵੀਰ ਸਿੰਘ ਉਸ ਤੋਂ ਬਾਅਦ ਇਹਨੂੰ ਆਪਾਂ ਦੇਖਦੇ ਆਂ ਨਾਂ ਤੋਂ ਆ ਅਸੀਂ ਕੀਤਾ ਇੰਡੀਆ ਆ ਤੁਸੀਂ ਆਪਣਾ ਲਿਖਣਾ ਇੱਥੇ ਮੈਂ ਆਪਣਾ ਲਿਖਣਾ ਨਾਂ ਤੋਂ ਇੰਡੀਆ ਆਪਣੇ ਪਿੰਡ ਦਾ ਨਾਮ ਵੀ ਤੁਸੀਂ ਲੈ ਸਕਦੇ ਹੋ ਡੇਟ ਆਫ ਬਰਥ ਮੇਰੀ 11 11 1988 ਤੁਸੀਂ ਆਪਣੀ ਡੇਟ ਆਫ ਬਰਥ ਲਿਖਣੀ ਹੈ ਪਿੰਡ ਦਾ ਨਾਮ ਜਿਸ ਪਿੰਡ ਦੇ ਵਿੱਚ ਤੁਸੀਂ ਰਹਿ ਰਹੇ ਹੋ ਐਗਜ਼ਾਮਪਲ ਦੇ ਲਈ ਅਸੀਂ ਲਿਖ ਦਿੱਤਾ ਜੀ ਇੱਥੇ ਕਰਮੋਨਾ ਕਿ ਮੈਂ ਕਰਮੋਨਾ ਦੇ ਵਿੱਚ ਰਹਿ ਰਹੇ ਆ ਜਾਂ ਅਸੀਂ ਬੇਸਕੋਵਾਤੋ ਲਿਖ ਸਕਦੇ ਆ ਕਿ ਅਸੀਂ ਬੇਸਕੋਵਾਤੋ ਦੇ ਵਿੱਚ ਰਹਿ ਰਹੇ ਆ ਵਿਆ ਵਿਆ ਦਾ ਨਾਮ ਤੁਸੀਂ ਲਿਖਣਾ ਜਿੱਦਾਂ ਵਿਆ ਮਨਜੂਨੀ ਹੋ ਗਿਆ ਵੀਹ ਦਾੰਤੇ ਹੋ ਗਿਆ ਲਿਖ ਦੇਣਾ ਵੀਹ ਦਾੰਤੇ 1 2 3 ਤੁਹਾਡਾ ਵੀਹ ਦਾ ਜਿਹੜਾ ਨੰਬਰ ਆ ਇਹ ਤੁਸੀਂ ਲਿਖਣਾ ਐਸ ਪਾਸੇ ਵੀਹ ਦਾੰਤੇ 1 2 3 ਐਗਜ਼ਾਮਪਲ ਦੇ ਲਈ ਉਸ ਤੋਂ ਬਾਅਦ ਜਿਹੜਾ ਤੁਹਾਡਾ ਕੋਡ ਇਸ ਫਿਸਕਾਲੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੁਸੀਂ ਆਪਣਾ ਜਿਹੜਾ ਕੋਡ ਇਸ ਫਿਸਕਾਲੇ ਇੱਥੇ ਲਿਖਣਾ ਫਾਜ਼ਗੁਰ ਐਸ ਐਨ ਜੀ ਕੇ ਵੀ ਆਰ 87 एस 11 ਜ਼ेड 222 ਐਕਸ ਮੇਰਾ ਤੁਹਾਨੂੰ ਉਸ ਤੋਂ ਬਾਅਦ ਕੀ ਲਿਖਣਾ ਜੀ ਉਸ ਤੋਂ ਬਾਅਦ ਦਤੋਰੇ ਦੀ ਲਾਵੋਰ ਤੁਹਾਡੇ ਜਿਹੜਾ ਮਾਲਕ ਦਾ ਨਾਮ ਕੀ ਆ ਮਾਲਕ ਦਾ ਨਾਮ ਫਿਲਹਾਲ ਦੇ ਲਈ ਅਸੀਂ ਲਿਖ ਸਕਦੇ ਹਾਂ ਤੁਸੀਂ ਆਪਣਾ ਲਿਖਣਾ ਮੈਂ ਆਪਣਾ ਹੀ ਨਾਮ ਲਿਖ ਦਿੰਦਾ ਕੁਲਵੀਰ ਸਿੰਘ ਇੱਥੇ ਤੁਹਾਡਾ ਮਾਲਕ ਦਾ ਨਾਮ ਲਿਖਣਾ ਮਾਲਕ ਦਾ ਨਾਮ ਤੇ ਇਸ ਜਗ੍ਹਾ ਤੇ ਤੁਹਾਡਾ ਜਿਹੜਾ ਮਾਲਕ ਦਾ ਕੋਦ ਇੱਥੇ ਫਿਸਕਾ ਲਿਆ ਮਾਲਕ ਦਾ ਹੀ ਕੋਦ ਇੱਥੇ ਫਿਸਕਾ ਲੇ ਲੱਗਣਾ ਜਿਹੜਾ ਤੁਹਾਡਾ ਮਾਲਕ ਆ ਉਸ ਦਾ ਨਾਮ ਕੋਈ ਵੀ ਹੋ ਸਕਦਾ ਉਸ ਤੋਂ ਬਾਅਦ ਕੀ ਹੈ ਜੀ ਉਸ ਤੋਂ ਬਾਅਦ ਅਸੀਂ ਚੱਲਦੇ ਹਾਂ ਥੱਲੇ ਇਹਦੇ ਵਿੱਚ ਕਾਫੀ ਗੱਲਾਂ ਲਿਖੀਆਂ ਹੋਈਆਂ ਕੁਝ ਨਹੀਂ ਕਰਨਾ ਇਹਦੇ ਵਿੱਚ ਤੁਸੀਂ ਕੀ ਕਰਨਾ ਜੀ ਆਪਾਂ ਇਹਦੇ ਵਿੱਚੋਂ ਇੱਕ ਕਾਪੀ ਕਰਕੇ ਲੈ ਆਨੇ ਇੱਥੇ ਐਸ ਜਗ੍ਹਾ ਦੇ ਵਿੱਚ ਤੁਸੀਂ ਲਿਖਣਾ ਕਿੱਥੇ ਇਹ ਫਾਰਮ ਭਰਿਆ فرض ਕਰੋ ਹੀ ਵੇਸਕੋ ਬਾਤੋ ਬੈਠੇ ਆ ਜਾਂ ਫਿਰ ਅਸੀਂ ਕਰਮੋਨੇ ਬੈਠੇ ਆ ਅਸੀਂ ਇੱਥੇ ਫਿਲਹਾਲ ਕਰਮੋਨਾਂ ਲਿਖ ਦਿੰਨੇ ਤੁਸੀਂ ਆਪਣੇ ਪਿੰਡ ਦਾ ਨਾਮ ਲਿਖਣਾ ਜਾਂ ਆਪਣੇ ਜਿੱਥੇ ਫੈਕਟਰੀ ਉਹਦਾ ਨਾਮ ਲਿਖ ਦਿਓ ਤੇ ਜਿਸ ਦਿਨ ਫਾਰਮ ਤੁਸੀਂ ਭਰਿਆ ਅੱਜ ਹੈਗੀ 16 ਤਰੀਕ ਅਸੀਂ ਇੱਥੇ 16 6 2022 ਲਿਖ ਦੇਣਾ ਉਸ ਤੋਂ ਬਾਅਦ ਤੁਸੀਂ ਇਸ ਜਗ੍ਹਾ ਤੇ ਆਪਣੇ ਸਾਈਨ ਕਰ ਦੇਣੇ ਜਿੱਥੇ ਇਹ ਫੇ ਦੇ ਲਿਖਿਆ ਹੈ ਇਸ ਜਗ੍ਹਾ ਦੇ ਉੱਤੇ ਤੁਸੀਂ ਆਪਣੇ ਸਾਈਨ ਕਰਨੇ ਆ ਤੁਸੀਂ ਆਪਣੇ ਸਾਈਨ ਕਰਨੇ ਆ ਤੇ ਉਸ ਤੋਂ ਬਾਅਦ ਆਪਣੇ ਮਾਲਕ ਨੂੰ ਇਹਨੂੰ ਦੇ ਦੇਣਾ ਤੇ ਮਾਲਕ ਨੂੰ ਦੇਣ ਤੋਂ ਬਾਅਦ ਕੀ ਹੋਣਾ ਫਿਰ ਜਿਹੜੇ ਤੁਹਾਡੇ 200 ਰੁਪਏ ਜਲਾਈ ਦੇ ਮਹੀਨੇ ਦੇ ਬੂਸੇ ਦੇ ਵਿੱਚ ਆ ਜਾਣੇ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਫਿਰ ਕੀ ਹੋ ਜਾਣਾ ਤੁਹਾਨੂੰ ਪ੍ਰੋਬਲਮ ਪੈ ਸਕਦੀ ਹੈ ਇਹ ਕਰ ਫਿਰ ਦੱਸ ਦੇਣੇ ਜੀ ਇਸ ਜਗ੍ਹਾ ਤੇ ਤੁਹਾਡਾ ਨਾਮ ਐਸ ਜਗ੍ਹਾ ਤੇ ਤੁਹਾਡਾ ਪਲੇਸ ਆਫ ਬਰਥ ਐਥੇ ਤੁਹਾਡੀ ਹੈ ਨਹੀਂ ਡੇਟ ਆਫ ਬਰਥ ਤੇ ਇਸ ਜਗ੍ਹਾ ਤੇ ਤੁਸੀਂ ਕਿੱਥੇ ਰਹਿੰਦੇ ਹੋ ਤੇ ਗਲੀ ਦਾ ਨਾਮ ਕੀ ਆ ਨੰਬਰ ਕੀ ਆ ਤੁਹਾਡਾ ਕੋਡ ਇਚ ਫਿਸ ਕਾਲੇ ਤੇ مالک ਦਾ ਨਾਮ مالک ਦਾ ਖੋਦੀ ਸੇ ਫਿਸਕਾ ਲੇ ਇਹੋ ਚੀਜ਼ਾਂ ਨੇ ਜੀ ਜਿਨ੍ਹਾਂ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਇਸ ਕਰਕੇ ਅਸੀਂ ਵੀਡੀਓ ਸਪੈਸ਼ਲੀ ਤੁਹਾਡੇ ਸਭ ਦੇ ਲਈ ਇਹ ਬਣਾਈ ਹੈ ਤਾਂ ਜੋ ਕਿਸੇ ਵੀ ਆਪਣੇ ਵੀਰ ਨੂੰ ਫਾਰਮ ਭਰਨ ਦੇ ਵਿੱਚ ਪ੍ਰੋਬਲਮ ਨਾ ਆਵੇ ਪਰ ਆਪਣੇ ਕਾਫ ਸਾਰੇ ਵੀਰਾਂ ਨੂੰ ਆਂਦਾ ਤੇ ਮਿਲਦੇ ਹਾਂ ਜੀ ਸ਼ਾਮ ਦੇ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੋਡੇ ਹਟਾਲੀਨ ਖਬਰਾਂ ਤੋਂ ਹੀ ਕਲੋਜ਼ਿੰਗ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ